ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਤੇ ਭਗਤੀ ਮੂਵਮੈਂਟ ਰਿਲੇਟਡ ਕਾਫੀ ਕੁਐਸਚਨ ਆਪਾਂ ਨੂੰ ਇਗਜ਼ਾਮ ਵਿੱਚ ਦੇਖਣ ਨੂੰ ਮਿਲਦੇ ਨੇ ਤੇ ਪੰਜਾਬ ਵਿੱਚ ਆਉਣ ਵਾਲੇ ਹਰ ਇਗਜ਼ਾਮ ਦੇ ਰਿਲੇਟਡ ਹੈ ਇਹ ਵੀਡੀਓ ਕਾਫੀ ਬੈਨੀਫੀਸ਼ੀਅਲ ਵੀਡੀਓ ਹੋਣ ਵਾਲੀ ਹੈ ਕੋਈ ਵੀ ਤੁਸੀਂ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਵੀਡੀਓ ਵਿੱਚ ਦੋ ਨੰਬਰ ਦੇ ਕੁਐਸਚਨ ਤੁਹਾਨੂੰ ਇਗਜ਼ਾਮ ਵਿੱਚ ਜ਼ਰੂਰ ਦੇਖਣ ਨੂੰ ਮਿਲਣਗੇ ਚਲੋ ਜਿਆਦਾ ਟਾਈਮ ਵੇਸਟ ਨਹੀਂ ਕਰਦੇ ਜਲਦੀ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਕੇ ਇੱਕ ਪੈਰਾ ਦੇ ਕਮੈਂਟ ਕਰਕੇ ਆਪਾਂ ਅੱਜ ਦੀ ਕਲਾਸ ਆਪਾਂ ਸਟਾਰਟ ਕਰ ਲੈਂਦੇ ਆਂ ਤੇ ਕੁਐਸਚਨ ਨੰਬਰ 1 ਕੀ ਕਹਿੰਦਾ ਹੈ ਨਿਰੰਕਾਰੀ ਲਹਿਰ ਕਦੋਂ ਸ਼ੁਰੂ ਹੋਈ ਸੀ ਤਾਂ 1851 ਵਿੱਚ ਹੈ ਕਾਫੀ ਕਿਤਾਬਾਂ ਵਿੱਚ ਅਲੱਗ ਡੇਟ ਪਾਈ ਹੁੰਦੀ ਹੈ ਬਟ ਜਿਹੜੀ ਰੀਅਲ ਹੈ ਪੰਜਾਬ ਜੀਕੇ ਵਿੱਚ ਸਾਡਾ ਪੰਜਾਬ ਬੁੱਕ ਵਿੱਚ ਉਹ ਕੁਐਸਚਨ ਮੈਂ ਕਲੈਕਟ ਕੀਤੇ ਹੋਏ ਨੇ ਤਾਂ ਉਸ ਵਿੱਚ 1851 ਹੀ ਜਿਹੜਾ ਰਾਈਟ ਆਨਸਰ ਰਹੇਗਾ ਕੁਐਸਚਨ ਨੰਬਰ 2 ਦੀ ਗੱਲ ਕਰੀਏ ਨਿਰੰਕਾਰੀ ਲਹਿਰ ਦੀ ਨੀ ਕਿਸ ਦੁਆਰਾ ਰੱਖੀ ਗਈ ਸੀ ਤਾਂ ਬਾਬਾ ਦਿਆਲ ਸਿੰਘ ਦੁਆਰਾ ਨਿਰੰਕਾਰੀ ਲੇਅਰ ਦੀ ਸਥਾਪਨਾ ਕੀਤੀ ਗਈ ਸੀ ਕੁਐਸਚਨ ਨੰਬਰ 3 ਦੀ ਗੱਲ ਕਰੀਏ ਬਾਬਾ ਦਿਆਲ ਦਾਸ ਦਾ ਸਮਕਾਲਿਕ ਕੌਣ ਸੀ ਮਤਲਬ ਜਦੋਂ ਬਾਬਾ ਦਿਆਲਦਾਸ ਜੀ ਸੀ ਉਸ ਟਾਈਮ ਪੰਜਾਬ ਤੇ ਕਿਸ ਦਾ ਰਾਜ ਸੀ ਨਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਇੱਕ ਗੱਲ ਹੋਰ ਦੋਸਤੋ ਜੇ ਤੁਸੀਂ ਪੀ ਐਸਐਸਬੀ ਕਲਰਕ ਦੇ ਰਿਗਾਰਡਿੰਗ ਕਿਸੇ ਵੀ ਟੌਪਿਕ ਦੀ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਫਾਈਲ ਨੂੰ ਬਾਇਕ ਕਰਨਾ ਚਾਹੁੰਦੇ ਹੋ ਜਿਸ ਵਿੱਚ ਐਗਜ਼ਾਮ ਦੇ ਔਰੀਐਂਟ ਕਾਫੀ ਇੰਪੋਰਟੈਂਟ ਕੁਐਸਚਨ ਇਨਕਲੂਡ ਹੋਣਗੇ ਸਿਰਫ 44 ਰੁਪਏ ਵਿੱਚ ਤੁਸੀਂ ਬਾਇਕ ਕਰ ਸਕਦੇ ਹੋ ਜੇ ਤੁਸੀਂ ਬਾਇਕ ਕਰਨਾ ਚਾਹੁੰਦੇ ਹੋ ਤੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਕਰਨਾ ਚਾਹੁੰਦੇ ਹੋ ਤਾਂ ਇਹ ਮੇਰਾ ਇੰਸਟਾਗ੍ਰam ਆਈਡੀ ਨੰਬਰ ਹੈ ਇਸ ਤੇ ਮੈਨੂੰ ਫੋਲੋ ਕਰਕੇ ਮੇ ਨਾਲ ਗੱਲ ਕਰਕੇ ਫਿਰ ਤੁਸੀਂ ਇਸ ਇੰਪੋਰਟੈਂਟ ਪੀਡੀਐਫ ਫਾਈਲ ਨੂੰ ਬਾਈ ਕਰ ਸਕਦੇ ਹੋ ਐਂਡ ਕਾਫੀ ਬੱਚਿਆਂ ਨੇ ਆਲਰੇਡੀ ਇਹ ਪੀਡੀਐਫ ਫਾਈਲ ਬਾਈ ਕਰ ਲਈ ਹੈ ਜੇ ਤੁਸੀਂ ਵੀ ਆਪਣੇ ਐਗਜ਼ਾਮ ਦੀ ਤਿਆਰੀ ਨੂੰ ਪਰਫੈਕਟ ਕਰਨਾ ਚਾਹੁੰਦੇ ਹੋ ਤਾਂ ਜਰੂਰ ਇੱਕ ਵਾਰੀ ਇੰਸਟਾਗ੍ਰam ਤੇ ਫੋਲੋ ਕਰਕੇ ਗੱਲ ਕਰਕੇ ਬਾਈ ਜਰੂਰ ਕਰ ਲਿਓ ਕੁਐਸਚਨ ਨੰਬਰ 4 ਦੀ ਗੱਲ ਕਰੀਏ ਨਿਰੰਕਾਰੀ ਲਹਿਰ ਦਾ ਮੁੱਖ ਉਦੇਸ਼ਕ ਕੀ ਹੈ ਨਿਰੰਕਾਰੀ ਜੋ ਵੀ ਅੰਦੋਲਨ ਨਾਲ ਸਹਿਮਤ ਨੇਸ਼ ਨਾਲ ਤਾਂ ਉਹਨਾਂ ਦਾ ਮੁੱਖ ਉਦੇਸ਼ ਕੀ ਹੈ ਨਿਰੰਕਾਰ ਪ੍ਰਮਾਤਮਾ ਦੀ ਭਗਤੀ ਇਹ ਇਹਨਾਂ ਦਾ ਮੇਨ ਮੋਟੋ ਹੈ ਕੁਐਸਚਨ ਨੰਬਰ 5 ਦੀ ਗੱਲ ਕਰੀਏ ਅਨੰਦ ਕਾਰਜ ਕਦੋਂ ਸਰਲ ਕੀਤਾ ਗਿਆ ਸੀ ਤਾਂ ਨਿਰੰਕਾਰੀ ਦੇ ਟਾਈਮ ਦੌਰਾਨ ਹੀ ਜਿਹੜਾ ਅਨੰਦ ਕਾਰਜ ਐਕਟ ਸਟਾਰਟ ਹੋਇਆ ਸੀ 1919 ਸੋਰੀ 1909 ਈਸਵੀ ਵਿੱਚ ਅਨੰਦ ਮੈਰਿਜ ਐਕਟ ਦੇ ਰੂਪ ਵਿੱਚ ਕਵੈਸਚਨ ਨੰਬਰ 6 ਦੀ ਗੱਲ ਕਰੀਏ ਬਾਬਾ ਦਿਆਲ ਦਾਸ ਦੀ ਮੌਤ ਕਦੋਂ ਹੋਈ ਸੀ ਤਾਂ 30 ਜੂਨ 1855 ਇਸਵੀ ਵਿੱਚ ਬਾਬਾ ਦਿਆਲ ਦਾਸ ਦੀ ਮੌਤ ਹੋ ਗਈ ਸੀ ਕਵੈਸਚਨ ਨੰਬਰ 7 ਦੀ ਗੱਲ ਕਰੀਏ ਬਾਬਾ ਦਿਆਲ ਦਾਸ ਦੀ ਮੌਤ ਤੋਂ ਬਾਅਦ ਨਿਰੰਕਾਰੀ ਲਹਿਰ ਦੀ ਅਗਵਾਈ ਕਿਸ ਨੇ ਕੀਤੀ ਤਾਂ ਉਹਨਾਂ ਦੇ ਪੁੱਤਰ ਜੀ ਦਰਵਾਰਾ ਸਿੰਘ ਉਹਨਾਂ ਨੇ ਜਿਹੜਾ ਇਹ ਮੂਵਮੈਂਟ ਸੀ ਅੱਗੇ ਸਟਾਰਟ ਰੱਖਿਆ ਕਵੈਸਚਨ ਨੰਬਰ 8 ਦੀ ਗੱਲ ਕਰੀਏ ਦਰਵਾਰਾ ਸਿੰਘ ਦੀ ਮੌਤ ਤੋਂ ਬਾਅਦ ਨਿਰੰਕਾਰੀ ਲਹਿਰ ਦੀ ਅਗਵਾਈ ਕਿਸ ਨੇ ਕੀਤੀ ਤਾਂ ਦਰਬਾਰਾ ਦੇ ਪਾਈ ਸੀ ਬ੍ਰਦਰ ਸੀ ਰਤਨ ਚੰਦ ਨੇ ਇਸ ਨਿਰੰਕਾਰੀ ਮੂਵਮੈਂਟ ਨੂੰ ਅੱਗੇ ਸਟਾਰਟ ਰੱਖਿਆ ਕੁਐਸਚਨ ਨੰਬਰ 9 ਦੀ ਗੱਲ ਕਰੀਏ ਪਹਿਲਾ ਨਿਰੰਕਾਰੀ ਦਰਬਾਰ ਕਿੱਥੇ ਬਣਾਇਆ ਗਿਆ ਤਾਂ ਰਾਵਲਪਿੰਡੀ ਪਾਕਿਸਤਾਨ ਵਿੱਚ ਸਭ ਤੋਂ ਪਹਿਲਾ ਨਿਰੰਕਾਰੀ ਦਾ ਹੈੱਡਕੁਆਰਟਰ ਬਣਾਇਆ ਗਿਆ ਜਿੱਥੋਂ ਇਹ ਆਪਣੀ ਜੋ ਵੀ ਭਾਵਨਾ ਸੀ ਜੋ ਵੀ ਪ੍ਰਚਾਰ ਸੀ ਕਰਦੇ ਸੀ ਕੁਐਸਚਨ ਨੰਬਰ 10 ਦੀ ਗੱਲ ਕਰੀਏ 1947 ਵਿੱਚ ਪੰਜਾਬ ਦੀ ਵੰਡ ਦੇ ਕਾਰਨ ਨਿਰੰਕਾਰੀ ਦਰਬਾਰ ਨੂੰ 라ਵਲਪਿੰਡੀ ਤੋਂ ਸ਼ਿਫਟ ਕਰਨਾ ਪਿਆ ਤਾਂ ਸ਼ਿਫਟ ਕਿੱਥੇ ਕੀਤਾ ਪਹਿਲਾਂ ਤਾਂ ਅੰਮ੍ਰਿਤਸਰ ਕਿ ਕਰ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਚੰਡੀਗੜ੍ਹ ਸ਼ਿਫਟ ਕਰ ਦਿੱਤਾ ਸੀ ਨਿਰੰਕਾਰੀ ਦਰਬਾਰ ਨੂੰ ਕੁਐਸਚਨ ਨੰਬਰ 11 ਦੀ ਗੱਲ ਕਰੀਏ ਨਾਮਧਾਰੀ ਲਹਿਰ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਹੁਣ ਦੋਸਤੋ ਇੱਥੇ ਆਪਾਂ ਕਨਫਿਊਜ਼ ਨਹੀਂ ਹੋਣਾ ਇੱਥੇ ਨਾਮਧਾਰੀ ਲਹਿਰ ਅਲੱਗ ਹੈ ਤੇ ਨਿਰੰਕਾਰੀ ਲਹਿਰ ਅਲੱਗ ਹੈ ओके अलग-अलग मूवमेंट ਨੇ ਇਹ ਤਾਂ ਕਰਕੇ ਇਹ ਹੁਣ ਨਾਮਧਾਰੀ ਬਾਰੇ ਆਪਾਂ ਕੁਐਸਚਨ ਕਵਰ ਕਰ ਰਹੇ ਹਾਂ ਨਾਮਧਾਰੀ ਲਹਿਰ ਨੂੰ ਕਿਸ ਹੋਰ ਨਾਮ ਨਾਲ ਜਾਣਿਆ ਜਾਂਦਾ ਤਾਂ ਇਸ ਨੂੰ ਕੁੱਕਾ ਅੰਦੋਲਨ ਜਾਂ ਕੁੱਕਾ ਲਹਿਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕੁਐਸਚਨ ਨੰਬਰ 12 ਦੀ ਗੱਲ ਕਰੀਏ ਨਾਮਧਾਰੀ ਅੰਦੋਲਨ ਕਿਸ ਨੇ ਪੜਾਇਆ ਸੀ ਤਾਂ ਬਾਬਾ ਬਾਲਕ ਸਿੰਘ ਨੇ 13 April 1857 ਇਸ ਵੀ ਵਿੱਚ ਨਾਮਧਾਰੀ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਕੁਐਸਚਨ ਨੰਬਰ 13 ਦੀ ਗੱਲ ਕਰੀਏ ਨਾਮਧਾਰੀ ਲਹਿਰ ਦੇ ਪੈਰੋਕਾਰ ਕਿਹੜੇ ਰੰਗ ਦੇ ਕੱਪੜੇ ਪਾਉਂਦੇ ਨੇ ਇਹ ਸਟ੍ਰੇਟ ਪੱਗ ਬੰਨਦੇ ਨੇ ਮਤਲਬ ਕਿ ਸਿੰਪਲ ਪੱਗ ਬੰਨਦੇ ਨੇ ਵਾਈਟ ਅਤੇ ਚਿੱਟੇ ਹੀ ਕੱਪੜੇ ਪਾਉਂਦੇ ਨੇ ਕੁਐਸਚਨ ਨੰਬਰ 14 ਦੀ ਗੱਲ ਕਰੀਏ ਨਾਮਧਾਰੀ ਲਹਿਰ ਦੇ ਪ੍ਰਚਾਰ ਦਾ ਮੁੱਖ ਕੇਂਦਰ ਕਿੱਥੇ ਆ ਤਾਂ ਲੁਧਿਆਣਾ ਵਿੱਚ ਹੈ ਕੁਐਸਚਨ ਨੰਬਰ 15 ਦੀ ਗੱਲ ਕਰੀਏ ਨਾਮਧਾਰੀ ਲਹਿਰ ਦੇ ਪ੍ਰਚਾਰਕ ਬਾਬਾ ਬਾਲਕ ਸਿੰਘ ਕਿਸ ਪਿੰਡ ਨਾਲ ਸੰਬੰਧਿਤ ਸੀ ਤਾਂ ਪਿੰਡ ਹਜਰੋ ਪੰਜਾਬ ਦੇ ਉੱਤਰ ਪੱਛਮੀ ਖੇਤਰ ਵਿੱਚ ਇਹ ਪਿੰਡ ਹਜਰੋ ਕੁਐਸਚਨ ਨੰਬਰ 16 ਦੀ ਗੱਲ ਕਰੀਏ ਬਾਬਾ ਬਾਲਕ ਸਿੰਘ ਦੀ ਮੌਤ ਤੋਂ ਬਾਅਦ ਨਾਮਧਾਰੀ ਲਹਿਰ ਨੂੰ ਕਿਸ ਨੇ ਸੰਭਾਲਿਆ ਤਾਂ ਬਾਬਾ ਰਾਮ ਸਿੰਘ ਨੇ ਇਸ ਲਹਿਰ ਨੂੰ ਸੰਭਾਲਿਆ ਕੁਐਸਚਨ ਨੰਬਰ 17 ਦੀ ਗੱਲ ਕਰੀ ਬਾਬਾ ਰਾਮ ਸਿੰਘ ਡੈਸ਼ ਦੇ ਪੱਕੇ ਰਾਖੇ ਸੀ ਇਹ ਇਹਨਾਂ ਦਾ ਮੋਹ ਸੀ ਜਿਹੜਾ گاਵਾਂ ਨਾਲ ਕਾਫੀ ਮੋਹ ਸੀ ਤਾਂ گاਵਾਂ ਦੇ ਇਹ ਰક્ષਕ ਸੀ ਕੁਐਸਚਨ ਨੰਬਰ 18 ਦੀ ਗੱਲ ਕਰੀਏ ਕੁਝ ਕੁੱਕਿਆਂ ਨੇ ਮਲੇਰ ਕੋਟਲਾ ਦੇ ਕਸਾਈਆਂ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਮਤਲਬ ਇਹ ਕਦੋ ਬਣਾਈ ਸੀ ਕਿਉਂਕਿ ਬਾਬਾ ਰਾਮ ਸੀ ਉਹ ਕੁੱਕਿਆਂ ਵਿੱਚ ਆਉਂਦੇ ਸੀ ਮਤਲਬ ਜਿਹੜੇ ਨਾਮਤਾਰੀ ਨਾਮਤਾਰੀਆਂ ਨੂੰ ਹੀ ਕੁੱਕੇ ਕਹੀ ਜਾਂਦੇ ਸੀ ਹੈਨਾ ਤਾਂ ਉਹਨਾਂ ਦੇ ਜਿਹੜੇ ਨਾਲ ਲੱਗੇ ਹੋਏ ਸੀ ਜਿਹੜੇ ਵੀ ਬੰਦੇ ਮਤਲਬ ਉਹਨਾਂ ਦੀ ਟੀਮ ਵਿੱਚ ਹੁੰਦੇ ਸੀ ਉਹ ਕਿਸੇ گاਵਾਂ ਦੀ ਰੱਖਿਆ ਕਰਦੇ ਸੀ ਮਲੇਰ ਕੋਟਲੇ ਵਿੱਚ ਕੀ ਹੁੰਦਾ ਸੀ ਕਸਾਈ ਸੀ ਜਿੱਥੇ گاਵਾਂ ਦਾ ਮੀਟ ਵੇਚਿਆ ਜਾਂਦਾ ਸੀ ਤਾਂ ਵਾਰੀ ਉਹਨਾਂ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਇਹਨਾਂ ਨੇ ਤੇ ਬਾਬਾ ਰਾਮ ਸਿੰਘ ਨੇ ਮਨਾ ਕਰਤਾ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਨਾ ਬਟ ਫਿਰ ਵੀ ਕੁਝ ਹੁੰਦੇ ਨੇ ਹਨਾ ਸਰਾਰਤੀ ਅਨਸਰ ਉਹਨਾਂ ਨੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤੇ ਇਸ ਕੇਸ ਵਿੱਚ ਬਾਬਾ ਰਾਮ ਸਿੰਘ ਨੂੰ ਫੜ ਲਿਆ ਗਿਆ ਤਾਂ ਇਹ ਇਹ ਸਾਰਾ ਕਾਂਡ ਕਿੱਥੋਂ ਅਸੀਂ ਮਲੇਰ ਕੋਟਲਾ ਵਿੱਚ ਹੋਇਆ ਸੀ 11 ਜਨਵਰੀ 1872 ਇਸ ਵਿੱਚ ਬਾਬਾ ਰਾਮ ਸਿੰਘ ਨੂੰ ਕਿਸ ਜੇਲ ਵਿੱਚ ਰੱਖਿਆ ਗਿਆ ਜਦੋਂ ਹੁਣ ਉਹਨਾਂ ਨੇ ਤਾਂ ਕਰਤਾ ਕਾਂਡ ਜਿਹੜੇ ਇਹਨਾਂ ਦੇ ਅਨਿਆਂ ਜਿਹੜੇ ਇਹਨਾਂ ਦੇ ਨਾਲ ਲੱਗੇ ਹੋਏ ਸੀ ਉਹ ਤਾਂ ਇਸ ਕੇਸ ਵਿੱਚ ਅੰਦਰੋਂ ਖਬਰ ਕਿ ਹੁੰਦੀ ਕਿ ਬਾਬਾ ਰਾਮ ਸਿੰਘ ਨੇ ਹੀ ਜਿਹੜਾ ਇਹ ਪੂਰਾ ਕਾਂਡ ਕਰਵਾਇਆ ਸੀ ਤਾਂ ਉਹਨਾਂ ਨੂੰ ਜੇਲ੍ਹ ਹੋ ਜਾਂਦੀ ਆ ਤਾਂ ਬਾਬਾ ਰਾਮ ਸਿੰਘ ਨੂੰ ਕਿਸ ਜੇਲ੍ਹ ਵਿੱਚ ਰੱਖਿਆ ਜਾਂਦਾ ਇਲਾਹਾਬਾਦ ਜੇਲ੍ਹ ਵਿੱਚ ਕੁਝ ਦਿਨਾਂ ਵਾਸਤੇ ਰੱਖਿਆ ਜਾਂਦਾ ਹੈ ਅੰਗਰੇਜ਼ ਸਰਕਾਰ ਨੇ ਬਾਬਾ RAM ਸਿੰਘ ਨੂੰ ਦੇਸ਼ ਨਿਕਾਲੇ ਦੇ ਕੇ ਕਿੱਥੇ ਭੇਜ ਦਿੱਤਾ ਸੀ ਤਾਂ ਰੰਗੂਨ ਭੇਜ ਦਿੱਤਾ ਸੀ ਬਰਮਾ ਦੇ ਅੰਦਰ ਹੈ ਰੰਗੂਨ ਤਾਂ ਉੱਥੇ ਇਹਨਾਂ ਨੂੰ ਦੇਸ਼ ਨਿਕਾਲਾ ਕਰ ਦਿੱਤਾ ਸੀ ਕੁਐਸਚਨ ਨੰਬਰ 1 ਕੀ ਦੀ ਗੱਲ ਕਰੀਏ ਬਾਬਾ RAM ਸਿੰਘ ਦੀ ਮੌਤ ਕਦੋਂ ਹੋਈ ਸੀ ਇਹ ਤਾਂ 29 ਨਵੰਬਰ 1854 ਈਸਵੀ ਵਿੱਚ ਰੰਗੂਨ ਵਿੱਚ ਹੀ ਇਹਨਾਂ ਦੀ ਮੌਤ ਹੋ ਗਈ ਸੀ ਦੋਸਤੋ ਇੱਕ ਰਿਕੁਐਸਟ ਹੈ ਪਲੀਜ਼ ਵੀਡੀਓ ਨੂੰ ਲਾਈਕ ਕਰਦੇ ਕਰੋ ਦੇਖੋ ਵਿਊ ਕਾਫੀ ਵਧੀਆ ਆ ਜਾਂਦੇ ਨੇ ਵੀਡੀਓ ਦੇ ਬਟ ਪਤਾ ਨਹੀਂ ਲਾਈਕ ਕਰਦੇ ਹੋਏ ਕੀ ਤੁਹਾਨੂੰ ਡਰ ਲੱਗਦਾ ਜਸਟ ਆਪਾਂ ਕਲਿੱਕ ਕਰਨਾ ਲਾਈਕ ਦੇ ਬਟਨ ਤੇ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਇਸ ਨਾਲ ਕੀ ਹੁੰਦਾ ਮੋਟੀਵੇਟ ਫੀਲ ਹੁੰਦਾ ਸਾਨੂੰ ਵੀ ਤੇ ਨਵਾਂ ਨਵਾਂ ਟੌਪਿਕ ਤੁਹਾਨੂੰ ਅੱਗੇ ਪ੍ਰੋਵਾਈਡ ਕਰਵਾਉਣ ਦਾ ਹੋਰ ਚੀ ਕਰਦਾ ਓਕੇ ਦੋਸਤੋ ਰਿਕੁਐਸਟ ਹੀ ਹੈ ਜਸਟ ਕਰਦੇ ਕਰੋ ਲਾਈਕ ਤੇ ਸਬਸਕ੍ਰਾਈਬ ਚੈਨਲ ਕੁਐਸਚਨ ਨੰਬਰ 22 ਦੀ ਗੱਲ ਕਰੀਏ ਬਾਬਾ ਰਾਮ ਸਿੰਘ ਦੀ ਮੌਤ ਤੋਂ ਬਾਅਦ ਨਾਮਧਾਰੀ ਲਹਿਰ ਨੂੰ ਕਿਸ ਨੇ ਸੰਭਾਲਿਆ ਤਾਂ ਉਹਨਾਂ ਦੇ ਉਪਰਾ ਹਰੀ ਸਿੰਘ ਨੇ ਨਾਮਧਾਰੀ ਲਹਿਰ ਨੂੰ ਅੱਗੇ ਸਟਾਰਟ ਰੱਖਿਆ ਕੁਐਸਚਨ ਨੰਬਰ 23 ਦੀ ਗੱਲ ਕਰੀਏ ਬਾਬਾ ਰਾਮ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਕਿਹੜੇ ਦੇਸ਼ਾਂ ਨਾਲ ਸੰਪਰਕ ਕੀਤਾ ਤੇ ਨੇਪਾਲ ਅਤੇ ਰੂਸ ਨਾਲ ਜਿਹੜਾ ਸੰਪਰਕ ਕੀਤਾ ਸੀ ਭਾਰਤ ਦੀ ਆਜ਼ਾਦੀ ਦੇ ਖਾਤਰ ਕੁਐਸਚਨ ਨੰਬਰ 23 ਦੀ ਗੱਲ ਕਰੀਏ ਡੈਸ਼ ਨਾਮਧਾਰੀਆਂ ਦੇ ਦੋ ਮੁੱਖ ਕੇਂਦਰ ਨੇ ਲੁਧਿਆਣਾ ਅਤੇ ਸਿਰਸਾ ਸੀ ਜਿਹੜੇ ਇਹ ਨਾਮਧਾਰੀਆਂ ਦੇ ਦੋ ਮੁੱਖ ਕੇਂਦਰ ਸੇ ਕੁਐਸਚਨ ਨੰਬਰ 24 ਦੀ ਗੱਲ ਕਰੀਏ ਸਿੰਘ ਸਵਾਲ ਲਹਿਰ ਦੀ ਸਥਾਪਨਾ ਕਦੋਂ ਹੋਈ ਸੀ 1 ਅਕਤੂਬਰ 1873 ਈਸਵੀ ਵਿੱਚ ਸਿੰਘ ਸਵਾਲ ਲਹਿਰ ਦੀ ਸਥਾਪਨਾ ਹੋਈ ਸੀ ਕੁਐਸਚਨ ਨੰਬਰ 25 ਦੀ ਗੱਲ ਕਰੀਏ ਸਿੰਘ ਸਵਾਲ ਲਹਿਰ ਦਾ ਪਹਿਲਾ ਮੁਖੀ ਕੌਣ ਸੀ ਸਰਦਾਰ ਠਾਕੁਰ ਸਿੰਘ ਸੰਧਾਵਾਲੀਆ ਨੇ ਜੋ ਸਿੰਘ ਸਵਾਲ ਲਹਿਰ ਦਾ ਪਹਿਲਾ ਮੁਖੀ ਸੀ ਕੁਐਸਚਨ ਨੰਬਰ 26 ਦੀ ਗੱਲ ਕਰੀਏ ਸਿੰਘ ਸਵਾਲ ਲਹਿਰ ਦਾ ਸਖਤਰ ਕੌਣ ਸੀ ਗਿਆਨੀ ਗਿਆਨ ਸਿੰਘ ਸਿੰਘ ਸਵਾਲ ਲਹਿਰ ਦਾ ਪਹਿਲਾ ਸਖਤਰ ਸੀ ਕੁਐਸਚਨ ਨੰਬਰ 27 ਦੀ ਗੱਲ ਕਰੀਏ April 1880 ਇੱਥੇ ਅੰਮ੍ਰਿਤਸਰ ਦੀ ਸਿੰਘ ਸਭਾ ਨੂੰ ਕੇਂਦਰੀ ਸੰਸਥਾ ਬਣਾ ਕੇ ਡੈਸ਼ ਦਾ ਨਾਮ ਦੇ ਦਿੱਤਾ ਗਿਆ ਤਾਂ ਸਿੰਘ ਸਭਾ ਨੂੰ ਖਾਲਸਾ ਦਿਵਾਨ ਦਾ ਨਾਮ ਚੇਂਜ ਕਰਕੇ ਦੇ ਦਿੱਤਾ ਗਿਆ ਸੀ ਕੁਐਸਚਨ ਨੰਬਰ 28 ਦੀ ਗੱਲ ਕਰੀਏ ਚੀਫ ਖਾਲਸਾ ਦਿਵਾਨ ਦੀ ਸਥਾਪਨਾ ਕਦੋਂ ਹੋਈ ਸੀ ਤਾਂ 1902 ਇਸ ਵਿੱਚ ਅੰਮ੍ਰਿਤਸਰ ਦੇ ਵਿੱਚ ਹੋਈ ਸੀ ਤੇ ਇਹਨਾਂ ਦਾ ਮੁੱਖ ਦਫ਼ਤਰ ਸੀ ਉਹ ਵੀ ਅੰਮ੍ਰਿਤਸਰ ਵਿੱਚ ਹੀ ਸੀ ਚੀਫ ਖਾਲਸਾ ਦਿਵਾਨ ਦਾ ਕੁਐਸਚਨ ਨੰਬਰ 29 ਦੀ ਗੱਲ ਕਰੀਏ ਖਾਲਸਾ ਪ੍ਰਿੰਟ ਪ੍ਰੈਸ ਕਿੱਥੇ ਸਥਾਪਿਤ ਕੀਤੀ ਗਈ ਸੀ ਤਾਂ ਲਾਹੌਰ ਵਿੱਚ ਕੀਤੀ ਗਈ ਸੀ ਕਵੈਸਚਨ ਨੰਬਰ 3 ਦੀ ਗੱਲ ਕਰੀਏ ਸਿੰਘ ਸਭਾ ਲਹਿਰ ਦੀ ਮੰਡ ਕਦੋਂ ਹੋਈ ਸੀ 1879 ਵਿੱਚ ਸਿੰਘ ਸਭਾ ਲਹਿਰ ਦੀ ਮੰਡ ਹੋ ਚੁੱਕੀ ਸੀ ਕਵੈਸਚਨ ਨੰਬਰ 31 ਦੀ ਗੱਲ ਕਰੀਏ ਖਾਲਸਾ ਟ੍ਰੈਕਟ ਸੁਸਾਇਟੀ ਦਾ ਮੋਢੀ ਕੌਣ ਸੀ ਵੀਰ ਸਿੰਘ ਅਤੇ ਭਾਈ ਕੋਰ ਸਿੰਘ ਦੋਨਾਂ ਨੇ ਇਹ ਖਾਲਸਾ ਟ੍ਰੈਕਟ ਸੁਸਾਇਟੀ ਦੀ ਸਟਾਰਟਿੰਗ ਕੀਤੀ ਸੀ ਕਵੈਸਚਨ ਨੰਬਰ 32 ਦੀ ਗੱਲ ਕਰੀਏ ਚੀਫ ਖਾਲਸਾ ਦਿਵਾਨ ਦੀ ਸਥਾਪਨਾ ਦਾ ਮੁੱਖ ਉਦੇਸ਼ ਕੀ ਸੀ ਸਿੰਘ ਸਭਾ ਦੇ ਉਦੇਸ਼ਾਂ ਦਾ ਪ੍ਰਚਾਰ ਕਰਨਾ ਤੇ ਸਿੰਘ ਸਭਾ ਦੇ ਕੀ ਮੇਨ ਉਦੇਸ਼ੀ ਜਿਹੜਾ ਆਪਣੇ ਭਾਰਤ ਪੰਜਾਬ ਵਿੱਚ ਹੋਰ ਸਿੱਖ ਦਾ ਮੈਡਾ ਹੋਰ ਤਰਮ ਨੂੰ ਅਪਣਾ ਰਿਹਾ ਇਹਨਾਂ ਚੀਜ਼ਾਂ ਨੂੰ ਰੋਕਣਾ ਅਤੇ ਅੰਗਰੇਜ਼ੀ ਦਾ ਜਿਹੜਾ ਵੀ ਸਿਸਟਮ ਹੈ ਸਟੱਡੀ ਦਾ ਸਿਸਟਮ ਜਿਸ ਟਾਈਮ ਇੰਗਲਿਸ਼ ਵਿੱਚ ਉਹ ਸਾਰਾ ਪੰਜਾਬੀ ਵਿੱਚ ਕਨਵਰਟ ਕਰਵਾਉਣ ਦਾ ਇਹਨਾਂ ਦਾ ਸਿੰਘ ਸਭਾ ਦਾ ਮੁੱਖ ਉਦੇਸ਼ ਸੀ ਕੁਐਸਚਨ ਨੰਬਰ 33 ਦੀ ਗੱਲ ਕਰੀਏ ਅੰਝੂਮਨ ਇਹ ਪੰਜਾਬ ਦੀ ਸਥਾਪਨਾ ਡੈਸ਼ ਵਿੱਚ ਹੋਈ ਸੀ 1835 ਵਿੱਚ ਉਹ ਵਿੱਚ ਕਾਫੀ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਵਿੱਚ ਰਿਪੀਟ ਹੋ ਚੁੱਕਾ ਹੈ ਇਹ ਕੁਐਸਚਨ ਕਾਫੀ ਵਾਰੀ ਕਵੈਸਚਨ ਨੰਬਰ 33 ਦੀ ਗੱਲ ਕਰੀਏ ਅੰਜੂਮਨ ਏ ਪੰਜਾਬ ਦਾ ਕੰਮ ਕੀ ਸੀ ਇਹਨਾਂ ਦਾ ਕੰਮ ਕੀ ਸੀ ਇਹ ਬਹੁਤ ਸਾਰੀਆਂ ਮਹੱਤਵਪੂਰਨ ਅੰਗਰੇਜ਼ੀਆ ਵਿੱਚ ਲਿਖੀਆਂ ਹੋਈਆਂ ਸੀ ਜਿਹੜੀ ਕਿਤਾਬਾਂ ਉਹਨਾਂ ਦਾ ਅਨੁਵਾਦ ਪੰਜਾਬੀ ਵਿੱਚ ਕਰਵਾਉਣਾ ਇਹਨਾਂ ਦਾ ਮੇਨ ਕੰਮ ਸੀ ਮਤਲਬ ਪੰਜਾਬੀ ਨੂੰ ਆਪਣੀ ਪੰਜਾਬ ਸਿੱਖੀ ਧਰਮ ਨੂੰ ਬढ़ावा ਦੇਣਾ ਇਹਨਾਂ ਦਾ ਕੰਮ ਸੀ ਕਵੈਸਚਨ ਨੰਬਰ 35 ਦੀ ਗੱਲ ਕਰੀਏ ਰਾਧਾ ਸੁਆਮੀ ਅੰਦੋਲਨ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ਰਾਧਾ ਸੁਆਮੀ ਅੰਦੋਲਨ ਦੀ ਸ਼ਿਵ ਦਿਆਨ ਨੇ ਕੀਤੀ ਸੀ 1861 ਵਿੱਚ ਆਗਰਾ ਦੇ ਵਿੱਚ ਰਾਦਾ ਸਵਾਮੀ ਅੰਦੋਲਨ ਦੀ ਸਥਾਪਨਾ ਹੋਈ ਸੀ ਕੁਐਸਚਨ ਨੰਬਰ 36 ਦੀ ਗੱਲ ਕਰੀਏ ਬਾਬਾ ਸ਼ਿਵ ਦਿਵਾਲ ਦੀ ਮੌਤ ਤੋਂ ਬਾਅਦ ਰਾਦਾ ਸਵਾਮੀ ਅੰਦੋਲਨ ਦੀ ਬਾਗਡੋਰ ਕਿਸ ਨੇ ਸੰਭਾਲੀ ਤਾਂ ਬਾਬਾ ਜੈਮਲ ਸਿੰਘ ਨੇ ਰਾਦਾ ਸਵਾਮੀ ਅੰਦੋਲਨ ਦੀ ਬਾਗਡੋਰ ਬਾਗਡੋਰ ਸੰਭਾਲੀ ਕੁਐਸਚਨ ਨੰਬਰ 37 ਦੀ ਗੱਲ ਕਰੀਏ ਰਾਦਾ ਸਵਾਮੀ ਅੰਦੋਲਨ ਦਾ ਉਦੇਸ਼ ਕੀ ਹੈ ਤਾਂ ਆਤਮਾ ਦਾ مالک ਇਸ ਦਾ ਮੇਨ ਜਿਹੜੀ ਪੰਜ ਲਾਈਨ ਆਤਮਾ ਦਾ مالک ਆਪਣੀ ਆਤਮਾ ਨੂੰ ਸਟਰੋਂਗ ਕਰਨਾ ਇਹਨਾਂ ਦਾ ਮੇਨ ਥੀਮ ਜੀ ਤੇ ਇੱਕ ਗੱਲ ਹੋਰ ਦੋਸਤੋ ਪੀਐਸਐਸਬੀ ਕਲਰਕ ਦੇ ਰਿਗਾਰਡਿੰਗ ਜੇ ਤੁਸੀਂ ਸਾਡਾ ਵਟਸਐਪ ਗਰੁੱਪ ਨਹੀਂ ਜੁਆਇਨ ਕੀਤਾ ਤਾਂ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ ਜਾ ਕੇ ਵਟਸਐਪ ਗਰੁੱਪ ਜੁਆਇਨ ਕਰ ਲਓ ਐਸਐਸਬੀ ਕਲਰਕ ਦੇ ਰਿਗਾਰਡਿੰਗ ਸਾਰੀ ਇਨਫੋਰਮੇਸ਼ਨ ਤੁਹਾਨੂੰ ਵਟਸਐਪ ਗਰੁੱਪ ਵਿੱਚ ਮਿਲਦੀ ਰਹੇਗੀ ਕੁਐਸਚਨ ਨੰਬਰ 38 ਦੀ ਗੱਲ ਕਰੀ ਰਾਧਾ ਸਵਾਮੀ ਨਾਲ ਜੁੜੇ ਲੋਕ ਡੈਸ਼ ਨੂੰ ਮੰਨਦੇ ਨੇ ਤੇ ਇਹ ਸੂਰਤ ਸ਼ਬਦ ਯੋਗਾ ਹੀ ਹੈ ਯੋਗ ਮਤਲਬ ਯੋਗ ਕਰਕੇ ਪਰਮਾਤਮਾ ਨਾਲ ਮੇਲ ਕਰਨ ਦਾ ਜਿਹੜਾ ਆਪਣਾ ਵਿਚਾਰ ਆਪਣੇ ਅਨੁਵਾਈਆਂ ਅੱਗੇ ਪ੍ਰਗਟ ਕਰਦੇ ਨੇ ਉਕੇ ਦੋਸਤੋ ਇਹਦਾ ਅਸੀਂ ਕੁਝ ਇੰਪੋਰਟੈਂਟ ਕੁਐਸਚਨ ਬਾਕੀ ਦੇ ਕੁਐਸਚਨ ਆਪਾਂ ਨੈਕਸਟ ਕਲਾਸ ਵਿੱਚ ਕਵਰ ਕਰ ਲਾਂਗੇ ਹੁਣ ਜੇ ਇਹ ਵੀਡੀਓ ਬੈਨੀਫੀਸ਼ੀਅਲ ਲੱਗੀ ਤਾਂ ਉਹਨੂੰ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ